ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਯਾਨੀ ਜਿਹੜੇ ਕਿਸਾਨਾਂ ਦੀ ਜਿੱਤ ਹੋਈ ਇਹਨਾਂ ਵਾਸਤੇ ਤੁਸੀਂ ਦੋ ਸ਼ਬਦ ਦੱਸੋ ਜੀ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦਾ ਕੋਟਾਨ ਕੋਟ ਧੰਨਵਾਦ ਹੈ ਜਿਨ੍ਹਾਂ ਨੇ ਆਪ ਖੇਤਾਂ ਵਿੱਚ ਹਲ ਚਲਾਇਆ ਤੇ ਸਾਨੂੰ ਉਪਦੇਸ਼ ਕੀਤਾ ਕਿਰਤ ਕਰੋ ਉਸ ਕਿਰਤ ਦੀ ਬਦੌਲਤ ਭਾਵੇਂ ਪੂਰੇ ਵਿਸ਼ਵ ਦੇ ਲੋਕ ਕਿਰਤ ਕਰਦੇ ਨੇ ਪਰ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਕਰਤਾਰਪੁਰ ਦੀ ਧਰਤੀ ਤੇ ਜਿਹੜਾ ਬਾਬਾ ਨਾਨਕ ਜਿਹੜਾ ਇਸ ਇਲਾਕੇ ਦੇ ਵਿੱਚ ਆਪਣੇ ਖੇਤਾਂ ਵਿੱਚ ਹਾਲ ਚਲਾ ਕੇ ਤੇ ਜਿੱਥੇ ਖੇਤੀ ਕਰਨ ਵਾਸਤੇ ਕਿਰਤ ਕਰਨ ਵਾਸਤੇ ਉਪਦੇਸ਼ ਦਿੱਤਾ ਉਥੇ ਮਨ ਨੂੰ ਵੀ ਸਾਨੂੰ ਗੁਰਬਾਣੀ ਦੇ ਅਨੁਸਾਰ ਸਮਝਾਇਆ ਕਿ ਮਨ ਹਾਲੀ ਕਿਰਸਾਣੀ ਕਰਨੀ ਸ਼ਰਮ ਪਾਣੀ ਤਨ ਖੇਤ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ ਤੇ ਨਾਲ ਨਾਮ ਜਪਣ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਵੰਡ ਕੇ ਛਕਣ ਦਾ ਉਪਦੇਸ਼ ਕੀਤਾ ਇਹ ਜਿੱਤ ਜਿਹੜੀ ਹੈ 552 ਸਾਲ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਦੇ ਪ੍ਰਕਾਸ਼ ਪੁਰਬ ਨੂੰ ਹੋਏ ਆ ਮੈਂ ਤੇ ਇਹ ਜਿੱਤ ਦਾ ਕਿਉਂਕਿ ਆਪਾਂ ਬੁਰਾ ਭਲਾ ਵੀ ਕਹਿੰਨੇ ਆ ਪਰ ਮੈਂ ਮੌਜੂਦਾ ਸਰਕਾਰ ਦਾ ਤੇ ਮੋਦੀ ਦਾ ਧੰਨਵਾਦ ਕਰਦਾ ਜਿਨ੍ਹਾਂ ਦੀ ਬਦੌਲਤ ਸਾਨੂੰ ਇਹ ਸੁਭਾਗ ਪ੍ਰਾਪਤ ਹੋਇਆ ਕਿ ਅਸੀਂ ਇਕੱਠੇ ਹੋਏ ਇੱਕ ਮੰਚ ਦੇ ਉੱਤੇ ਭਾਵੇਂ ਸਾਨੂੰ ਹਜ਼ਾਰਾਂ ਨੇ ਕਰੋੜਾਂ ਹੀ ਮੁਸ਼ਕਲਾਂ ਆਈਆਂ ਬੜੇ ਵਿਖੜੇ ਸਮੇਂ ਦੇ ਵਿੱਚ ਠੰਡ ਦੇ ਵਿੱਚ ਗਰਮੀ ਦੇ ਵਿੱਚ ਬਾਰਿਸ਼ਾਂ ਦੇ ਵਿੱਚ ਸਾਡੇ ਬਜ਼ੁਰਗਾਂ ਨੇ ਸਾਡੀਆਂ ਮਾਤਾਵਾਂ ਨੇ ਸਾਡੇ ਨੌਜਵਾਨਾਂ ਨੇ ਬੜੇ ਸੰਘਰਸ਼ ਕਰਕੇ ਤੇ ਦਿੱਲੀ ਦੀ ਹਿੱਕ ਤੇ ਜਾ ਕੇ ਬਹਿਣ ਦਾ ਸੁਭਾਗ ਮਿਲਿਆ ਕਿਉਂਕਿ ਪਹਿਲਾਂ ਅਸੀਂ ਇਤਿਹਾਸ ਸੁਣਿਆ ਵਾਂ ਵੇਖਿਆ ਨਹੀਂ ਸੀ ਇਸ ਇਤਿਹਾਸ ਸਾਡੇ ਵਡੇਰਿਆਂ ਨੇ ਸਿਰਜਿਆ ਵਾ ਇਤਿਹਾਸ ਲਿਖਿਆ ਨਹੀਂ ਸਿੱਖਾਂ ਨੇ ਸਾਡਾ ਇਤਿਹਾਸ ਲਿਖਿਆ ਹਿੰਦੂਆਂ ਨੇ ਮੁਸਲਮਾਨਾਂ ਨੇ ਪਰ ਉਹਨਾਂ ਨੇ ਸਿੱਖਾਂ ਦੀ ਸੂਰਮਗਤੀ ਜਿਹੜੀ ਆ ਸੂਰਬੀਰਤਾ ਜਿਹੜੀ ਆ ਇਤਿਹਾਸ ਦੇ ਵਿੱਚ ਦੱਸੀ ਆ ਭਾਵੇਂ ਕਿਤੇ ਕਿਤੇ ਮਿਲਗੋਬਾ ਵੀ ਕੀਤਾ ਹੈ ਪਰ ਅੱਖਾਂ ਦੇ ਸਾਹਮਣੇ ਵੇਖਿਆ ਅਸੀਂ ਕੋਈ ਜ਼ਿਆਦਾ ਲੰਬਾ ਸਮਾਂ ਨਹੀਂ ਲੱਗਾ ਕੋਈ ਸਵਾ ਸਾਲ ਦਾ ਅਰਸਾ ਜਿਹੜਾ ਹੈ ਉਹ ਐਡੀ ਵੱਡੀ ਹੰਕਾਰੀ ਜਿਹੜੀ ਸਰਕਾਰ ਸੀ ਕਿਉਂਕਿ ਉਹਨਾਂ ਨੂੰ ਪਹਿਲਾਂ ਇਸ ਗੱਲ ਦਾ ਪਤਾ ਸੀ ਕਿ ਸਿੱਖ ਜਿਹੜੇ ਨੇ ਇਹ ਭਾਵੇਂ ਪੂਰੇ ਭਾਰਤ ਦੇ ਵਾਸਤੇ ਤਿੰਨ ਬਿੱਲ ਸੀਗੇ ਪਰ ਖਾਸ ਕਰਕੇ ਜੇ ਇਹ ਅੱਗੇ ਲਾ ਕੇ ਇਹ ਮੋਰਚਾ ਮਾਰਿਆ ਹੈ ਤੇ ਪੰਜਾਬ ਦੀ ਧਰਤੀ ਦੇ ਕਿਸਾਨਾਂ ਨੇ ਕਿਉਂ ਕਿਉਂਕਿ ਇਤਿਹਾਸ ਕਹਿੰਦਾ ਹੈ ਕਿ ਪੰਜਾਂ ਨਦੀਆਂ ਦੀ ਧਰਤ ਪੰਜਾਬ ਦੀ ਏ ਜਿਹੜੀ ਮੌਤ ਦੀ ਹਿੱਕ ਤੇ ਵੱਸਦੀ ਏ ਇੱਕੋ ਮਾਂ ਪੰਜਾਬਣ ਜੋ ਅਣਖ ਬਦਲੇ ਆਪਣੇ ਪੁੱਤ ਮਰਵਾ ਕੇ ਅਸਦੀ ਏ ਇਦੇ ਨਾਲ ਮੈਂ ਵਿਸ਼ੇਸ਼ ਤੁਹਾਨੂੰ ਇਹ ਵੀ ਬੇਨਤੀ ਕਰਾਂ ਕਿ ਭਾਰਤ ਇੱਕ ਵੱਖਰਾ ਦੇਸ਼ ਹੈ ਪੰਜਾਬ ਇੱਕ ਵੱਖਰਾ ਦੇਸ਼ ਸੀ ਪਰ ਸਮੇਂ ਦੀਆਂ ਹਕੂਮਤਾਂ ਨੇ ਤੁਹਾਡੀ ਅਣਖ ਨੂੰ ਤੁਹਾਡੀ ਗੈਰਤ ਨੂੰ ਤੁਹਾਡੇ ਅੰਦਰਲੇ ਇਨਕਲਾਬ ਨੂੰ ਦਬਾਉਣ ਵਾਸਤੇ ਮਟਾਉਣ ਵਾਸਤੇ ਖਤਮ ਕਰਨ ਵਾਸਤੇ ਪਹਿਲਾ 1947 ਦੇ ਵਿੱਚ ਰਾਜ ਦੇ ਲਾਲਸੀ ਲੋਕਾਂ ਨੇ ਦੋ ਦੇਸ਼ ਬਣਾਏ ਉਹਦੇ ਵਿੱਚ ਸਾਡੇ ਪੰਜਾਬ ਨੂੰ ਵੰਡਿਆ ਦੋਵਾਂ ਬੰਨਿਆਂ ਦਾ ਪੰਜਾਬ ਬੜਾ ਰੰਗਲਾ ਪੰਜਾਬ ਹੈ ਜੇ ਅਸੀਂ ਉਧਰ ਵੀ ਜਾਂਨੇ ਆ ਤੇ ਉਹ ਹੱਥਾਂ ਤੇ ਚੁੱਕਦੇ ਆ پلਕਾਂ ਵਿਸ਼ਾ ਕੇ ਸਤਕਾਰ ਦਿੰਦੇ ਆ ਪਿਆਰ ਕਰਦੇ ਆ ਕੋਈ ਰੌਲਾ ਨਹੀਂ ਨਾ ਹਿੰਦੂਆਂ ਦਾ ਨਾ ਇਸਾਈਆਂ ਦਾ ਨਾ ਮੁਸਲਮਾਨਾਂ ਦਾ ਨਾ ਸਿੱਖਾਂ ਦਾ ਸਾਰੇ ਹੀ ਸਤਿਗੁਰੂ ਸੱਚੇ ਪਾਤਸ਼ਾਹ ਦੇ ਹੁਕਮ ਵਿੱਚ ਰਹਿ ਕੇ ਕਿਰਤ ਕਰਦੇ ਨੇ ਪਰ ਇਹ ਗੰਦੀ ਰਾਜਨੀਤੀ ਕਰਨ ਵਾਲੇ ਲੋਕ ਜਿਹੜੇ ਸਾਨੂੰ ਆਪਸ ਵਿੱਚ ਪਾੜ ਕੇ ਆਪਣਾ ਰਾਜ ਭਾਗ ਕਾਇਮ ਕਰਨਾ ਚਾਹੁੰਦੇ ਆ ਉਸ ਤੋਂ ਬਾਅਦ ਹਰਿਆਣਾ ਵੱਖਰਾ ਕੀਤਾ ਹਿਮਾਚਲ ਵੱਖਰਾ ਕੀਤਾ ਚੰਡੀਗੜ੍ਹ ਜਿਹੜਾ ਵਾ ਉਹ ਵੀ ਕਈ ਵਾਰੀ ਇਹਨਾਂ ਨੇ ਲੈਣ ਦੀ ਕੋਸ਼ਿਸ਼ ਕੀਤੀ ਭਾਵੇਂ ਅਜੇ ਜਿਹੜਾ ਉਹ ਪੰਜਾਬ ਦੀ ਰਾਜਧਾਨੀ ਹੈ ਇਸੇ ਤਰ੍ਹਾਂ ਬੜੇ ਇਹਨਾਂ ਨੇ ਤਰੀਕੇ ਵਰਤੇ ਪਰ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕਲਾ ਵਰਤਾਈ ਇਹਨਾਂ ਦੇ ਤਿੰਨ ਜਿਹੜੇ ਬਿੱਲ ਇਹਨਾਂ ਨੇ ਪਾਸ ਕੀਤੇ ਸੀ ਇਹਨਾਂ ਨੂੰ ਮੂੰਹ ਦੀ ਖਾਣੀ ਪਈ ਮੋਦੀ ਨੂੰ ਦੇਸ਼ਾਂ ਵਿਦੇਸ਼ਾਂ ਤੋਂ ਨਮੋਸ਼ੀ ਝਲਣੀ ਪਈ ਇਹਨਾਂ ਨੂੰ ਭਾਰਤ ਦੇ ਵਿੱਚ ਵੋਟ ਪ੍ਰਣਾਲੀ ਦੇ ਵਿੱਚ ਵੀ ਬਹੁਤ ਵੱਡੀ ਹਾਰ ਹੋਈ ਬੜੀਆਂ ਜਗ੍ਹਾ ਤੋਂ ਪਰ ਜਿਹੜੇ ਸਾਡੇ ਬਜ਼ੁਰਗ ਸੀ ਸਾਡੀਆਂ ਮਾਤਾਵਾਂ ਸੀ ਸਾਡੇ ਨੌਜਵਾਨਾਂ ਨੇ ਹੌਸਲਾ ਨਹੀਂ ਹਾਰਿਆ ਤੇ ਦਾਤ ਦੇਵਾਂਗੇ ਹਰਿਆਣੇ ਦੇ ਨੌਜਵਾਨਾਂ ਨੂੰ ਜਿਨ੍ਹਾਂ ਨੇ ਪਰਿਵਾਰਾਂ ਸਮੇਤ ਹਾਜ਼ਰੀਆਂ ਭਰੀਆਂ ਇਹਨਾਂ ਨੇ ਕੰਧਾਂ ਕਰ ਦਿੱਤੀਆਂ ਸੀ ਵੱਡੇ ਵੱਡੇ ਬੋਲ ਜਿਹੜੇ ਮਿੱਟੀ ਦੇ ਲਾਤੇ ਸਿੜਕਾਂ ਤੇ ਬੈਰੀਗੇਡ ਲਾਤੇ ਹੀ ਪਰ ਨੌਜਵਾਨਾਂ ਨੇ ਉਹ ਜਦੋਂ ਆਪਾਂ ਉਹ ਵੀਡੀਓ ਵੇਨੇ ਆ ਉਹ ਸੀਨ ਵੇਨੇ ਆ ਪਤਾ ਨਹੀਂ ਉਹ ਨੌਜਵਾਨ ਕਿਹੜੀ ਮਾਂ ਦੀ ਕੁੱਖ ਚੋਂ ਪੈਦਾ ਹੋਇਆ ਜਿਨੇ ਇਹਨਾਂ ਦੀ ਉਹ ਜਿਹੜੀ ਪਾਣੀ ਵਾਲੀ ਫਾਇਰ ਬਰਗੇਡ ਦਾ ਮੂੰਹ ਕਮਾਇਆ ਤੇ ਜਦੋਂ ਉਹ ਵਰਦੀ ਧਾਰੀ ਪੁਲਿਸ ਵਾਲਿਆਂ ਦੇ ਵੱਲ ਨੂੰ ਹੋਏ ਤੇ ਉਹ ਛਾਲਾਂ ਮਾਰ ਕੇ ਭਿੱਜੀ ਬਿੱਲੀ ਵਾਂਗ ਨੂੰ ਭੱਜੇ ਕਿਉਂਕਿ ਜੇ ਇਹ ਲੋਕ ਜਿਹੜੇ ਆਪਣੇ ਹੱਕਾਂ ਵਾਸਤੇ ਨਹੀਂ ਉਹਨਾਂ ਪੁਲਿਸ ਵਾਲਿਆਂ ਦੇ ਹੱਕਾਂ ਵਾਸਤੇ ਵੀ ਭਾਵੇਂ ਕੋਈ ਜੱਜ ਸੀ ਭਾਵੇਂ ਕਿਸੇ ਵੀ ਧਰਮ ਦਾ ਕੋਈ ਮਨੁੱਖ ਸੀ ਇਹ ਹੱਕ ਸਾਰਿਆਂ ਦੇ ਸੀਗੇ ਸਿੱਖਾਂ ਦੇ ਵਾਸਤੇ ਨਹੀਂ ਕੱਲਿਆਂ ਦੇ ਜਾਂ ਕੱਲੇ ਜ਼ਿੰਮੇਦਾਰਾਂ ਦੇ ਨਹੀਂ ਕੱਲੇ ਮਜ਼ਦੂਰਾਂ ਦੇ ਨਹੀਂ ਇਹ ਪੂਰੇ ਭਾਰਤ ਵਰਸ਼ ਦਾ ਹੀ ਕੰਮ ਸੀ ਜਿਦੇ ਵਿੱਚ ਵਿਸ਼ਵ ਭਰ ਦੇ ਇਨਕਲਾਬੀ ਲੋਕਾਂ ਨੇ ਗੋਰਿਆਂ ਨੇ ਚੀਨਿਆਂ ਨੇ ਸਾਡਾ ਸਾਥ ਦਿੱਤਾ ਤੇ ਬਹੁਤ ਵੱਡੀ ਜਿੱਤ ਜਿਹੜੀ ਕਿਸਾਨਾਂ ਦੀ ਹੋਈ ਆ ਤੇ ਸਾਨੂੰ ਮਾਣ ਹੈ ਕਿ ਇਹ ਸੇੜਾ ਜਿਹੜਾ ਹਰਿਆਣਾ ਪੰਜਾਬ ਤੇ ਭਾਰਤ ਦੇ ਕਿਸਾਨਾਂ ਦੇ ਸਿਰ ਜਾਂਦਾ ਏ ਇਸੇ ਤਰ੍ਹਾਂ ਸਾਨੂੰ ਇੱਕ ਜੁਟਤਾ ਜਿਹੜੀ ਏ ਉਹ ਬਣਾ ਕੇ ਰੱਖਣੀ ਚਾਹੀਦੀ ਏ ਆਪਸੀ ਪਿਆਰ ਸਦ ਭਾਵਨਾ ਹਰ ਇੱਕ ਬੱਚਾ ਹਰ ਇੱਕ ਬਜ਼ੁਰਗ ਭਾਰਤ ਨਹੀਂ ਪੂਰੇ ਵਿਸ਼ਵ ਦੇ ਵਿੱਚ ਖੁਸ਼ੀ ਦਾ ਜਿਹੜਾ ਇਜ਼ਹਾਰ ਕਰ ਰਿਹਾ ਏ ਰੋਮ ਰੋਮ ਖਿੜਿਆ ਪਿਆ ਏ ਕੱਲ ਸਮੁਚੀਆਂ ਜਥੇਬੰਦੀਆਂ ਸਮੁਚੀਆਂ ਸੰਗਤਾਂ ਦਾ ਇੱਕ ਹੜ ਇੱਕ ਬਹੁਤ ਵੱਡਾ ਵਹਾਅ ਸੀ ਹਰਮੰਦਰ ਸਾਹਿਬ ਦੇ ਵਿੱਚ ਤਿਲ ਸੁਟੀਆਂ ਪੁੰਜੇ ਨਹੀਂ ਸੀ ਦਿਗਦਾ ਇੰਨੀ ਸੰਗਤ ਸੀ ਕਿਉਂਕਿ ਉਹ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਦਾ ਸ਼ੁਕਰਾਨਾ ਕਰਨ ਵਾਸਤੇ ਆਏ ਸੀ ਤੇ ਨਾਲ ਨਾਲ ਜਿੱਥੇ ਸਾਰੀਆਂ ਸੰਪਰਦਾਵਾਂ ਨਿਹੰਗ ਸਿੰਘ ਕਾਰ ਸੇਵਾ ਵਾਲੇ ਮਹਾਪੁਰਖ ਹਰ ਇੱਕ ਸੰਪਰਦਾਵਾਂ ਨੇ ਜਿਹੜਾ ਯੋਗਦਾਨ ਪਾਇਆ ਇਸ ਸੰਘਰਸ਼ ਦੇ ਵਿੱਚ ਇਸੇ ਤਰ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿੱਥੇ ਯੋਗਦਾਨ ਵੀ ਸੀ ਉੱਥੇ ਨਮਾਇੰਦਾ ਜਥੇਬੰਦੀ ਹੋਣ ਦੇ ਨਾਤੇ ਜਿੱਥੇ ਸ਼ੁਕਰਾਨਾ ਸਮਾਗਮ ਸ਼੍ਰੀ ਅਖੰਡ ਪਾਤਸ਼ਾਹ ਦੇ ਭੋਗ ਪਾ ਕੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸਮੂਚੀਆਂ ਜਥੇਬੰਦੀਆਂ ਦੇ ਆਗੂਆਂ ਦਾ ਸਤਿਕਾਰ ਕੀਤਾ ਗਿਆ ਹੈ ਬੜੀ ਖੁਸ਼ੀ ਦੀ ਗੱਲ ਹੈ ਕਿਉਂਕਿ ਸਾਡੇ ਗੁਰੂ ਨੇ ਸਾਨੂੰ ਸਿਖਾਇਆ ਕਿ ਹੋਏ ਇਕੱਤਰ ਮਿਲੋ ਮੇਰੇ ਭਾਈ ਦੁਬਿਦਾ ਦੂਰ ਕਰੋ ਲੇਵ ਲਾਏ ਹਰ ਨਾਮੇ ਕੇ ਹੋਵੋ ਜੋੜੀ ਗੁਰਮੁਖ ਬੈਸੋ ਸਫਾ ਵਛਾਏ ਸਿੱਖ ਜਿਹੜਾ ਉਹ ਪਰਉਪਕਾਰੀ ਹੈ ਤੇ ਸਾਨੂੰ ਪਰਉਪਕਾਰੀ ਦੀ ਭਾਵਨਾ ਦੇ ਨਾਲ ਜੀਵਨ ਬਤੀਤ ਕਰਨਾ ਚਾਹੀਦਾ ਹੈ ਜਿੱਥੋਂ ਤੁਸੀਂ ਬਹਿ ਕੇ ਆਏ ਜੇ ਸਾਰੇ ਕਿਸਾਨ ਵੀਰ ਤੁਸੀਂ ਬੈਠੇ ਜੇ ਤੇ ਤੁਸੀਂ ਦੱਸੋ ਕਿ ਉੱਥੇ ਦੇ ਆੜ ਗਵਾੜ ਦੇ ਲੋਕ ਜਿਹੜੇ ਦੂਜਿਆਂ ਧਰਮਾਂ ਦੇ ਉਹ ਕਿਤਰਾ ਮਨ ਭਰਦੇ ਆ ਕਿਤਰਾ ਰੋਂਦੇ ਨੇ ਉਹ ਖੁਸ਼ੀ ਵੀ ਮਹਿਸੂਸ ਕਰਦੇ ਨੇ ਪਰ ਅੰਦਰੋਂ ਵਿਰਾਗ ਵੀ ਉਪਜਦਾ ਏ ਕਿਉਂਕਿ ਉਹਨਾਂ ਦਾ ਮੈਰਾ ਗੱਲ ਕਰਦਿਆਂ ਕਰਦਿਆਂ ਗਲਾ ਭਰ ਗਿਆ ਉਹਨਾਂ ਦਾ ਮਨ ਭਰਦਾ ਏ ਕਿ ਇਹੋ ਜਿਹੇ ਲੋਕ ਕਦੀ ਵੇਖੇ ਹੀ ਨਹੀਂ ਸੀ ਇਹ ਫਰਿਸ਼ਤੇ ਆਏ ਨੇ ਜਿਹੜੇ ਪਰਉਪਕਾਰ ਕਰਕੇ ਚੱਲਦੇ ਬਣੇ ਨੇ ਉਹਨਾਂ ਲੋਕਾਂ ਦਾ ਵੀ ਧੰਨਵਾਦ ਭਾਵੇਂ ਕੋਈ ਗਰੀਬੜਾ ਏ ਪਰ ਉਹਨਾਂ ਨੂੰ ਕਦੀ ਪਿਆਰ ਹੀ ਨਹੀਂ ਸੀ ਮਿਲਿਆ ਇਸ ਤਰ੍ਹਾਂ ਦਾ ਤੇ ਜਿਹੜਾ ਇੱਕਸਾਨ ਸੰਘਰਸ਼ ਦੇ ਵਿੱਚ ਇੱਕ ਦੂਜੇ ਨੂੰ ਪਿਆਰ ਮਿਲਿਆ ਏ ਉਹ ਸ਼ਾਇਦ ਸਾਨੂੰ ਨਾਮ ਮਿਲਦਾ ਜੀ ਇਹ ਬਿੱਲ ਨਾ ਹੁੰਦੇ ਇਸ ਕਰਕੇ ਉਸ ਸਮੇਂ ਦੀ ਹਕੂਮਤ ਦਾ ਵੀ ਅਸੀਂ ਧੰਨਵਾਦ ਕਰਦੇ ਆਂ ਸਾਡਾ ਸੁਭਾਅ ਸਾਡੇ ਗੁਰੂ ਨੇ ਸਿਖਾਇਆ ਏ ਕਿ ਹਮ ਨਈ ਚੰਗੇ ਬੁਰਾ ਨਈ ਕੋਏ ਪ੍ਰਣਵਤਨ ਨਾਨਕ ਤਾਰੇ ਸੋਏ ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮੰਨਣਾ ਹੰਡਾਏ ਦੇਹੀ ਰੋਗ ਨਾ ਲੱਗੇ ਪੱਲੇ ਸਭ ਕੇ ਸਿਪਾਏ ਜੰਗ ਦੇ ਮੈਦਾਨ ਵਿੱਚ ਭਾਵੇਂ ਸਤਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਜੋਧੇ ਲੜਦੇ ਸੀ ਪਰ ਜਦੋਂ ਜ਼ਖਮੀਆਂ ਨੂੰ ਜਲ ਛਕਾਉਂਦਾ ਸੀ ਭਾਈ ਕਨਈਆ ਉਹ ਨਹੀਂ ਸੀ ਵੇਖਦਾ ਸਿੰਘਾਂ ਨੇ ਬੇਨਤੀ ਕੀਤੀ ਕਿ ਇਹ ਤੇ ਉਹਨਾਂ ਡਿੱਗਿਆ ਹੋਇਆ ਲੋਕਾਂ ਨੂੰ ਵੀ ਜਲਛਕਾ ਕੇ ਤੇ ਉਠਾਈ ਜਾ ਰਿਹਾ ਏ ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਪਾਸ ਸੱਦਿਆ ਜਦੋਂ ਸਤਿਗੁਰੂ ਸਾਹਿਬ ਨੇ ਪੁੱਛਿਆ ਤੇ ਉਹਨਾਂ ਨੇ ਜਵਾਬ ਦਿੱਤਾ ਕਿ ਮਾਨਸਕੀ ਜਾਤ ਸਭੈ ਏਕੇ ਪਹਿਚਾਨ ਬੋ ਕਿ ਅਸੀਂ ਤੇ ਸਾਰਿਆਂ ਦੇ ਵਿੱਚ ਤੁਹਾਡੇ ਦੀਦਾਰ ਕਰਦੇ ਹਾਂ ਇਸ ਕਰਕੇ ਸਾਡੀ ਕਿਸੇ ਨਾਲ ਕੋਈ ਲਾਗ ਡਾਟ ਨਹੀਂ ਹੈ ਕੋਈ ਦੁਸ਼ਮਣੀ ਨਹੀਂ ਹੈ ਜਿਹੜਾ ਕੋਈ ਸਮੇਂ ਦੇ ਮੁਤਾਬਕ ਕਰਦਾ ਏ ਉਹਦਾ ਅਸੀਂ ਜਵਾਬ ਜ਼ਰੂਰ ਦੇਨੇ ਆ ਪਰ ਸਾਡੇ ਗੁਰੂ ਨੇ ਸਿਖਾਇਆ ਕਿ ਮਨ ਵਿੱਚ ਵੈਰ ਨਹੀਂ ਰੱਖਣਾ ਹਾਂ ਸਾਡੇ ਗੁਰੂ ਪ੍ਰਤੀ ਸਾਡੇ ਧਰਮ ਪ੍ਰਤੀ ਕੋਈ ਕਰਦਾ ਏ ਉਹ ਵੈਰ ਫਿਰ ਅਸੀਂ ਪੀੜ੍ਹੀਆਂ ਤੱਕ ਨਹੀਂ ਛੜਦੇ ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਸਮੁੱਚੇ ਵਿਸ਼ਵ ਭਰ ਦੀਆਂ ਸਾਰੇ ਧਰਮਾਂ ਨੂੰ ਸਾਰੀਆਂ ਜਥੇਬੰਦੀਆਂ ਨੂੰ ਸਾਰੀਆਂ ਸੰਪਰਦਾਵਾਂ ਨੂੰ ਬਹੁਤ ਬਹੁਤ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ